ਆਖਿਰ ਕੀ ਹੈ ਸਿੱਧੂ ਦੇ ਗਾਣੇ 410 ਦਾ ਮਤਲਬ? ਸ਼ੁਭ ਦੇ ਗਾਣੇ 'ਚ ਵੀ 410 ਦਾ ਕੀਤਾ ਗਿਆ ਜ਼ਿਕਰ। ਗੱਡੀ 410 ਉੱਤੇ 210 ਦੀ ਸਪੀਡ। ਗਾਣਾ ਰਿਲੀਜ਼ ਹੁੰਦੇ ਵਿਊਜ਼ ਕਿਉਂ ਹੋਏ ਹੈਂਗ? ਕੁਝ ਸਵਾਲ ਖੜੇ ਹੋ ਰਹੇ ਨੇ ਲੋਕਾਂ ਦੇ ਮਨਾਂ ਦੇ ਵਿੱਚ ਕਿ ਆਖਿਰ ਸਿੱਧੂ ਦੇ ਨਵੇਂ ਗੀਤ 410 ਦਾ ਮਤਲਬ ਕੀ ਹੈ। ਕਈ ਲੋਕਾਂ ਨੂੰ ਲੱਗ ਰਿਹਾ ਹੈ ਕਿ ਇਹ 10 ਅਪ੍ਰੈਲ ਨੂੰ ਰਿਲੀਜ਼ ਕੀਤਾ ਗਿਆ ਹੈ, ਤਾਂ ਇਸ ਦਾ ਨਾਮ 410 ਰੱਖਿਆ ਗਿਆ ਕਿਉਂਕਿ ਵਿੱਚ ਇੱਕ ਡੋਟ ਵੀ ਸੀ। ਵੱਖ-ਵੱਖ ਲੋਕ ਵੱਖ-ਵੱਖ ਅੰਦਾਜ਼ੇ ਲਗਾ ਰਹੇ ਨੇ, ਪਰ ਤੁਹਾਨੂੰ ਦੱਸ ਦਈਏ ਕਿ ਕੁਝ ਅਹਿਮ ਗੱਲਾਂ ਅਸੀਂ ਸਾਹਮਣੇ ਲੈ ਕੇ ਆਏ ਹਾਂ ਕਿ 410 ਦਾ ਅਸਲ ਮਤਲਬ ਕੀ ਹੈ। ਦਰਅਸਲ ਰਿਸਰਚ ਕੀਤੀ ਗਈ ਤਾਂ ਪਤਾ ਚੱਲਿਆ ਕਿ 410 ਸਟਰੀਟ ਹੈਗੀ ਹੈ ਕੈਨੇਡਾ ਦੇ ਵਿੱਚ, ਜਿਹਦਾ ਜ਼ਿਕਰ ਸ਼ੁਭ ਨੇ ਵੀ ਆਪਣੇ ਗਾਣੇ ਸਟਿਲ ਰੋਲਿੰਗ ਦੇ ਵਿੱਚ ਕੀਤਾ ਹੈ। ਗੱਡੀ 410 ਉੱਤੇ 210 ਦੀ ਸਪੀਡ। ਤਾਂ ਸ਼ੁਭ ਦਾ ਗਾਣਾ ਤੁਸੀਂ ਸੁਣਿਆ, ਉਸਨੇ ਵੀ 410 ਦਾ ਜ਼ਿਕਰ ਕੀਤਾ। ਦਰਅਸਲ ਇਹ ਇੱਕ ਸਟਰੀਟ ਹੈਗੀ ਹੈ ਕੈਨੇਡਾ ਦੇ ਵਿੱਚ ਜਿੱਥੇ ਜ਼ਿਆਦਾਤਰ ਗਾਣੇ ਜਿਹੜੇ ਨੇ ਉਹ ਸ਼ੂਟ ਕੀਤੇ ਜਾਂਦੇ ਨੇ, ਅਤੇ ਇੱਥੇ ਕਿਹਾ ਜਾਂਦਾ ਹੈ ਕਿ ਇਲੀਗਲ ਕੰਮ ਵੀ ਹੁੰਦੇ ਨੇ। ਦੱਸ ਦਈਏ ਕਿ 410 ਸਟਰੀਟ ਦੇ ਨੇੜੇ ਇੱਕ ਲੇਕ ਵੀ ਹੈ, ਅਤੇ ਇਹ ਸਾਰੀ ਸਟਰੀਟ ਹੈ ਜਿਹੜੀ ਉਹ ਜਾਰਜੀਆ ਦੇ ਵਿੱਚ ਆਉਂਦੀ ਹੈ, ਨਾਲ ਹੀ ਇਸਦੇ ਨਿਊਯਾਰਕ ਹਾਈਵੇ ਵੀ ਲੱਗਦਾ ਹੈ। ਦੂਸਰੇ ਪਾਸੇ ਰਿਸਰਚ ਕਰਨ 'ਤੇ ਪਤਾ ਚੱਲਿਆ ਕਿ ਦੁਨਾਲੀ ਦੇ ਵਿੱਚ ਪੈਣ ਵਾਲਾ ਅਸਲਾ ਵੀ 0.410 ਕਰਕੇ ਮਿਲਦਾ ਹੈ। ਜਿਵੇਂ ਕਿ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ, 0.410 ਕਰਕੇ ਇਹ ਅਸਲਾ ਹੈ, ਇਸਦਾ ਵੀ ਨਾਮ 410 ਕਿਹਾ ਜਾ ਸਕਦਾ ਹੈ। ਜੇ ਗੱਲ ਕਰੀਏ ਸ਼ੁਭ ਦੀ, ਤਾਂ ਸ਼ੁਭ ਨੇ ਤਾਂ ਆਪਣੇ ਗਾਣੇ ਦੇ ਵਿੱਚ 410 ਦਾ ਜ਼ਿਕਰ ਸਟਰੀਟ ਨੂੰ ਲੈ ਕੇ ਹੀ ਕੀਤਾ ਹੈ, ਅਤੇ ਸੰਨੀ ਮਾਲਟਨ ਵੀ ਇਸ ਗਾਣੇ ਦੇ ਵਿੱਚ 410 ਦਾ ਜ਼ਿਕਰ ਕਰਦੇ ਹੋਏ ਨਜ਼ਰ ਆ ਰਹੇ ਨੇ। ਸਟਰੀਟ ਕਿਹਾ ਹੈ ਉਹਨਾਂ ਨੇ ਵੀ ਕਿ 410 ਸਟਰੀਟ ਉੱਤੇ ਕਾਲੇ ਕੰਮ ਹੁੰਦੇ ਨੇ। ਅਤੇ ਕਈ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਵੀ ਖੜਾ ਹੋ ਰਿਹਾ ਸੀ ਕਿ ਆਖਿਰਕਾਰ ਗਾਣੇ ਨੂੰ ਰਿਲੀਜ਼ ਹੋਏ 1 ਘੰਟਾ ਹੋ ਗਿਆ ਪਰ ਵਿਊਜ਼ ਸਿਰਫ 4800 ਕਿਉਂ ਦਿਖਾ ਰਿਹਾ ਹੈ। ਦਰਅਸਲ ਉਹਨਾਂ ਦਰਸ਼ਕਾਂ ਨੂੰ ਅਸੀਂ ਦੱਸ ਦਿੰਦੇ ਹਾਂ ਕਿ ਕਈ ਵਾਰ ਯੂਟਿਊਬ ਦੇ ਵਿੱਚ ਗਲਿਚ ਆ ਜਾਂਦਾ ਹੈ, ਯਾਨੀ ਕਿ ਐਰਰ ਆ ਜਾਂਦਾ ਹੈ। ਜਦ ਜ਼ਿਆਦਾ ਆਡੀਅੰਸ ਇੱਕ ਯੂਟਿਊਬ ਚੈਨਲ 'ਤੇ ਜਾਂਦੀ ਹੈ ਤਾਂ ਉਸ ਵੇਲੇ ਇਹ ਗਲਿਚ ਸੰਭਾਵਿਤ ਹੁੰਦਾ ਹੈ। ਤਾਂ ਉਸੇ ਤਰੀਕੇ ਦੇ ਨਾਲ ਸੰਨੀ ਮਾਲਟਨ ਦੇ ਪੇਜ 'ਤੇ ਜਦ 410 ਗਾਣਾ ਰਿਲੀਜ਼ ਕੀਤਾ ਗਿਆ, ਉਸ ਸਮੇਂ ਸਿੱਧੂ ਦੇ ਫੈਨਸ ਲਗਾਤਾਰ ਇਸ ਗਾਣੇ ਨੂੰ ਦੇਖ ਰਹੇ ਨੇ। 1 ਘੰਟਾ ਹੋ ਗਿਆ ਲਗਾਤਾਰ, ਅਤੇ ਜੇ ਤੁਸੀਂ ਮਾਰਕ ਕੀਤੇ ਹੋਏ ਇਸ ਸਰਕਲ ਨੂੰ ਦੇਖੋ ਤਾਂ ਲਾਈਕ 2,35,000 ਆ ਚੁੱਕੇ ਨੇ 1 ਘੰਟੇ ਦੇ ਅੰਦਰ ਅੰਦਰ। ਤਾਂ ਤੁਸੀਂ ਇਸੇ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਿੱਧੂ ਦੇ ਗਾਣੇ ਦੇ ਵਿਊਜ਼ ਕਿੰਨੇ ਹੋ ਗਏ ਹੋਣਗੇ। ਅਤੇ ਇੰਸਟਾਗ੍ਰਾਮ ਦੀ ਇੱਕ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ 1 ਘੰਟੇ ਦੇ ਅੰਦਰ ਅੰਦਰ 4 ਮਿਲੀਅਨ ਲਾਈਕਸ ਆ ਚੁੱਕੇ ਨੇ ਸਿੱਧੂ ਦੇ ਇਸ ਗਾਣੇ ਦੀ ਰੀਲ 'ਤੇ। ਤਾਂ ਤੁਹਾਨੂੰ ਕਿਵੇਂ ਦਾ ਲੱਗਿਆ ਇਹ ਗਾਣਾ, ਅਤੇ ਕੀ ਇਹ ਇਨਫੋਰਮੇਸ਼ਨ ਤੁਹਾਡੇ ਲਈ ਫਾਇਦੇਮੰਦ ਸੀ? ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ।